ਦੇਖੋ ਇੱਕ ਬੜੀਆਂ ਵੱਡੀਆਂ ਆਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ, ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ, ਪੰਜਾਬ 'ਤੇ ਹਮਲਾ ਕਰਤਾ ਜੀ ਕਾਂਗਰਸ ਨੇ, ਕਾਂਗਰਸ ਨੇ ਦਰਬਾਰ ਸਾਹਿਬ ਢਾ ਦਿੱਤਾ ਜੀ, 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ, ਵੱਡੀਆਂ ਵੱਡੀਆਂ ਗੱਲਾਂ ਕਰਿਆ ਕਰਦੇ ਸੀ। ਹੁਣ ਜਿਹੜੀ ਨਾ ਬਿੱਲੀ ਥੈਲਿਓਂ ਬਾਹਰ ਆ ਗਈ, ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ, ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ, ਅੰਦਰੋਂ ਕਾਂਗਰਸੀ ਸੀ। ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ, ਬਿੱਟੂ ਦੀ ਮਦਦ ਕੀਤੀ ਦੋ ਵਾਰ, ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ, ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ। ਇਹ ਕਹਿਣ ਨੂੰ ਅਤੇ ਦਿਖਾਉਣ ਨੂੰ ਕਾਂਗਰਸ ਵਿਰੋਧੀ ਸੀ, ਪਰ ਅੰਦਰੋਂ ਕਾਂਗਰਸ ਨਾਲ ਰਲੇ ਹੋਏ ਸੀ, ਔਰ ਕਹਿਣ ਨੂੰ ਹੀ ਹੈ ਵੀ ਇਹ ਸਿੱਖ ਹਾਂ ਅਸੀਂ, ਕਹਿਣ ਨੂੰ ਸਿੱਖ ਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ, ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ 'ਤੇ ਚਲੇ ਗਏ। ਫਰਕ ਪਊਗਾ ਦੂਜੇ ਵਾਰ ਆਏ ਸੀ, ਦੂਜੇ ਨੰਬਰ 'ਤੇ ਇਹੀ ਪਿਛਲੀ ਵਾਰੀ ਫਰਕ ਲੱਗਦਾ ਵੀ ਲੋਕ ਭੁਲੇਖੇ ਵਿੱਚ ਸੀ, ਲੋਕਾਂ ਦਾ ਭੁਲੇਖਾ ਦੂਰ ਹੋ ਗਿਆ। ਨੋਮੀਨੇਸ਼ਨ ਦਾਖਲ ਕਰ ਦਿੱਤੀ ਹੈ, ਸੋ ਕਿਸ ਤਰ੍ਹਾਂ ਹੁਣ ਦੇਖਦੇ ਹੋ ਪੂਰੀ ਜਿਹੜਾ ਤੁਹਾਡਾ ਸਿਨੈਰੀਓ ਚੱਲ ਰਿਹਾ ਹੈਗਾ ਲੁਧਿਆਣੇ 'ਚ, ਕਿਸ ਤਰ੍ਹਾਂ ਸਮਰਥਨ ਅੱਜ ਰੋਡ ਸ਼ੋਅ ਵੀ ਕਰਿਆ? ਦੇਖੋ ਲੁਧਿਆਣੇ ਦੇ ਲੋਕ ਪੱਬਾਂ ਭਾਰ ਨੇ, ਲੋਕਲ ਕੈਂਡੀਡੇਟ ਹੋਣ ਦੇ ਕਰਕੇ, ਲੋਕਲ ਉਮੀਦਵਾਰ ਹੋਣ ਦੇ ਨਾਤੇ ਸਾਰਾ ਪੰਜਾਬ, ਸਾਰਾ ਲੁਧਿਆਣਾ ਪੱਬਾਂ ਭਾਰ, ਲੁਧਿਆਣੇ ਨੂੰ ਪਿਆਰ ਕਰਨ ਵਾਲੇ, ਲੁਧਿਆਣੇ ਦਾ ਵਿਕਾਸ ਚਾਹੁਣ ਵਾਲੇ, ਲੁਧਿਆਣੇ ਦੀ ਤਰੱਕੀ ਕਰਨ ਵਾਲੇ ਚਾਹੁਣ ਵਾਲੇ ਸਾਰੇ ਸਾਡੇ ਨਾਲ ਆ। ਸੁਹਿਰਦ ਲੋਕ, ਸਿਆਣੇ ਲੋਕ ਉਹ ਸਾਡੇ ਨਾਲ ਨੇ, ਜਿਹੜੇ ਤਮਾਸ਼ਬੀਨ ਨੇ ਉਹ ਦੂਜੇ ਪਾਸੇ। ਇਸ ਕਰਕੇ ਸਾਡੇ ਨਾਲ ਚੰਗੇ ਲੋਕਾਂ ਦਾ ਇੱਕ ਕਾਫਲਾ ਵਾ, ਔਰ ਉਹ ਕਾਫਲਾ ਇਹਨੂੰ ਜਿੱਤ ਵੱਲ ਲੈ ਕੇ ਜਾਊ। ਸੁਖਬੀਰ ਬਾਦਲ ਵੱਲੋਂ ਕੱਲ੍ਹ ਰੈਲੀਆਂ ਕੀਤੀ ਗਈ ਹੈ 3-4 ਲਗਾਤਾਰ, ਇੱਕ ਵਾਰੀ ਖਲਕੇ ਦੇ ਵਿੱਚ ਲੱਗਦਾ ਕਿ ਹੁਣ ਜੋਸ਼ ਵੀ ਕਿਤੇ ਨਾ ਕਿਤੇ ਵਰਤਣਾ ਚਾਹ ਰਹੇ ਨੇ? ਦੇਖੋ ਕੱਲ੍ਹ ਪ੍ਰਧਾਨ ਜੀ ਇੱਥੇ ਸੀ, ਵੱਡੀਆਂ ਰੈਲੀਆਂ ਹੋਈਆਂ, ਉਹਦੇ ਬਾਵਜੂਦ ਅੱਜ ਨੋਮੀਨੇਸ਼ਨ ਫਾਰਮ ਭਰਨ ਵਾਸਤੇ ਅਸੀਂ ਇੱਕ ਸਿਰਫ ਫੇਸਬੁੱਕ 'ਤੇ ਪਾਇਆ ਸੀ, ਔਰ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ, ਲੁਧਿਆਣੇ ਨੂੰ ਪਿਆਰ ਕਰਨ ਵਾਲੇ ਲੋਕ ਉੱਥੇ ਪਹੁੰਚੇ ਹੋਏ ਸੀ। ਸਰ ਇੱਕ ਲਗਾਤਾਰ ਜਿਹੜਾ ਰਾਜਾ ਬੜੀ ਹੈਗਾ, ਔਰ 1984 ਦੇ ਜਿਹੜੇ ਪੀੜਿਤ ਹੈਗੇ ਆ ਵਿਰੋਧ ਕਰ ਰਹੇ ਨੇ, ਉਹ ਕਹਿੰਦੇ ਵੀ ਰਾਜਾ ਬੜੀ ਹੋਈ ਹੈ ਜਿਸਨੇ ਕਮਲਨਾਥ ਨੂੰ ਕਲੀਨ ਚਿੱਟ ਦਿੱਤੀ ਸੀ, ਕਿੱਦਾਂ ਦੇਖਦੇ? ਕਮਲਨਾਥ ਨੂੰ ਕਲੀਨ ਚਿੱਟ ਵੀ ਦਿੱਤੀ ਸੀ, ਉਹਨੇ ਇੰਦਰਾ ਗਾਂਧੀ ਨੂੰ ਮੰਗ ਕਿਹਾ ਸੀ ਉਹਦੀ ਟੀ ਸ਼ਰਟ ਪਾਈ ਸੀ। ਇਸ ਕਰਕੇ ਲੁਧਿਆਣਾ, ਪੰਜਾਬ ਔਰ ਸਿੱਖ ਆਵਾਮ ਇਹਨੂੰ ਬਿਲਕੁਲ ਪਸੰਦ ਨਹੀਂ ਕਰੂਗਾ, ਬਿਲਕੁਲ ਲਾਇਕ ਨਹੀਂ ਕਰਦਾ, ਕਿਉਂਕਿ ਬੰਦਾ ਖੱਪੀ ਆ, ਸੰਸੀਅਰ ਨਹੀਂਗਾ, ਸੀਰੀਅਸ ਕਿਸੇ ਮੈਟਰ ਨੂੰ ਨਹੀਂ ਲੈਂਦਾ, ਰੌਲਾ ਪਾਉਣਾ, ਖੱਪ ਪਾਉਣੀ, ਔਰ ਇਹਦੀ ਜਿਹੜੀ ਪੰਜਾਬ ਪ੍ਰਤੀ ਪਹੁੰਚ ਆ ਉਹ ਬੜੀ ਮਾੜੀ ਹੈ।